ਲਓ ਵੀ ਸੱਜਣੋ, ਅੱਜ ਆਪਾਂ ਮੌੜ ਮੰਡੀ ਦੇ ਵਿੱਚ ਪਹੁੰਚ ਚੁੱਕੇ ਹਾਂ ਮਾਸਟਰ ਮਾਰਵਲ ਵਾਲਿਆਂ ਦੇ। ਅੱਜ ਤੁਹਾਨੂੰ ਬਹੁਤ ਕਮਾਲ ਦੀ ਵਰਾਇਟੀ ਦਿਖਾਵਾਂਗੇ, ਜਿਹੜੀਆਂ ਤੁਸੀਂ ਵਰਾਇਟੀਆਂ ਕਦੇ ਵੀ ਇੰਟਰਨੈੱਟ 'ਤੇ ਸ਼ੋਅਰੂਮਾਂ ਦੇ ਵਿੱਚ ਕਦੇ ਵੀ ਨਹੀਂ ਦੇਖੀਆਂ ਹੋਣਗੀਆਂ। ਸਪੈਸ਼ਲੀ ਉਹ ਮਾਲ ਜਿਹੜਾ ਹਰੇਕ ਗਾਹਕ ਦੇ ਲੱਗਦਾ, ਸਪੈਸ਼ਲੀ ਉਹ ਮਾਲ ਜਿਹੜਾ ਹਰੇਕ ਬੰਦੇ ਦੇ ਬਜਟ ਦੇ ਵਿੱਚ ਆ ਜਾਏ, ਸਪੈਸ਼ਲੀ ਉਹ ਮਾਲ ਜਿਹੜਾ ਕੁਆਲਿਟੀ ਦੇ ਵਿੱਚ ਵੀ ਪੂਰਾ ਹੋਵੇ। ਆ ਜਿਵੇਂ 2x4 ਦੀਆਂ ਟਾਈਲਾਂ, ਜੇ ਤੁਸੀਂ ਆ ਕੇ ਮੇਰਾ ਨਾਂ ਲਓਗੇ ਨਾ ਤਾਂ ਤੁਸੀਂ 33 ਰੁਪਈਏ ਫੁੱਟ ਦੇ ਵਿੱਚ, ਤੁਸੀਂ ਪ੍ਰੀਮੀਅਮ ਦੇ ਵਿੱਚ, ਮਤਲਬ ਪੂਰੀ ਕੁਆਲਿਟੀ ਦੇ ਵਿੱਚ ਲਿਜਾ ਸਕਦੇ ਹਾਂ ਮਾਸਟਰ ਮਾਰਵਲ ਵਾਲਿਆਂ ਦੇ। ਸੱਜਣੋ, ਜੇ ਤੁਸੀਂ ਪੂਰਾ ਵੱਡਾ ਬਾਥਰੂਮ, ਐਡਾ ਵੱਡਾ ਬਾਥਰੂਮ ਤਿਆਰ ਕਰਨਾ ਚਾਹੁੰਦੇ ਹਾਂ, ਇੰਨਾ ਵੱਡਾ ਬਾਥਰੂਮ ਤਿਆਰ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ 8000 ਰੁਪਈਏ ਦੇ ਵਿੱਚ ਬਾਥਰੂਮ ਤਿਆਰ ਕਰ ਸਕਦੇ ਹਾਂ। ਜੇ ਤੁਸੀਂ ਸੱਜਣੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ 2x2 ਦੀ ਟਾਇਲ ਖਰੀਦਣੀ ਆ ਤਾਂ ਤੁਹਾਨੂੰ ਟਾਇਲ ਮਿਲ ਜੂਗੀ 22 ਰੁਪਈਏ ਫੁੱਟ। ਜੇ ਤੁਸੀਂ ਸੈਰਾ ਦੀ ਟੂਟੀ ਕੋਈ ਵੀ ਖਰੀਦਦੇ ਆ, ਸੋਹਣੀਆਂ ਦੇਖੋ ਕਿੰਨੀਆਂ, 15 ਸਾਲ ਦੀ ਗਰੰਟੀ ਆ, ਤਬਕਾ ਨਹੀਂ ਸਿੱਟੂਗਾ, 15 ਸਾਲ ਦੀ ਗਰੰਟੀ, 15 ਸਾਲ ਦੀ ਗਰੰਟੀ ਦਵਾ ਕੇ ਜਾਊਂਗਾ। ਤੁਸੀਂ ਕੰਪਨੀ ਦਾ ਬੰਦਾ ਆਊਗਾ, ਟੂਟੀ ਤਬਕਾ ਸਿੱਟਦੀ ਆ, ਕੰਪਨੀ ਦਾ ਬੰਦਾ ਠੀਕ ਕਰਕੇ ਜਾਊਗਾ। ਮਤਲਬ ਜਿਹੜੇ ਬੰਦੇ ਨੇ ਲਾ ਲਈ ਉਹਦੀ ਜਵਾਨੀ ਸਾਰੀ ਉਸੇ ਟੂਟੀ ਨਾਲ ਨਹਾਉਂਦੇ ਤਾਂ ਕੋਈ ਲੰਘ ਜੂਗੀ। ਰਸੋਈਆਂ ਬਣੀਆਂ ਹੋਈਆਂ, ਆ ਐਡਾ ਕੁ ਬਾਥਰੂਮ ਜੇ ਤੁਸੀਂ ਪਾਉਣਾ ਤਾਂ ਐਡਾ ਬਾਥਰੂਮ ਸੋਹਣਿਓ ਸੱਜਣੋ 5000 ਰੁਪਈਏ ਦੇ ਵਿੱਚ ਹੀ ਲੱਗ ਜਾਣਾ। ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਮਾਲਕਾਂ ਨੂੰ ਮਿਲਦੇ ਹਾਂ, ਸਿੰਗਲਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਤੁਹਾਨੂੰ ਇਕੱਲੀ ਇਕੱਲੀ ਟਾਇਲ, ਇਕੱਲੀ ਇਕੱਲੀ ਕੁਆਲਿਟੀ ਬਾਰੇ ਪੂਰੀ ਫੁੱਲ ਜਾਣਕਾਰੀ ਦੇਣਗੇ ਉਹ ਆਪ। ਤੁਸੀਂ ਬਣੇ ਰਹੋ, ਨੰਬਰ ਆ ਜਿਹੜਾ ਸਕਰੀਨ 'ਤੇ ਸੱਜਣੋ ਡਾਇਲ ਕਰ ਲਓ, ਨੋਟ ਕਰ ਲਓ, ਆਪਣੇ ਸੱਜਣਾਂ ਨੂੰ ਦੇ ਦਿਓ। ਅਤੇ ਇੱਕ ਗੱਲ ਹੋਰ ਸੱਜਣੋ, ਇਹ ਬੰਦੇ ਵਿਦ ਮਟੀਰੀਅਲ ਨਾਲ ਵੀ ਕੰਮ ਕਰਦੇ ਆ। ਜੇ ਕੋਈ ਬੰਦਾ ਸਿਰਫ ਹਜੇ ਪਲਾਟ ਆ, ਕੋਠੀ ਪਾਉਣ ਬਾਰੇ ਸੋਚ ਰਿਹਾ ਤਾਂ ਰੁਕ ਜਾਓ, ਕੋਈ ਬੰਦਾ ਭਾਲਣ ਦੀ ਲੋੜ ਨਹੀਂ, ਸਿੰਗਲਾ ਸਾਹਿਬ ਆਪੇ ਹੱਲ ਕਰਕੇ ਦੇਣਗੇ। ਆ ਜਾਓ ਮਿਲਦੇ ਹਾਂ। ਆਪਣੇ ਨਾਲ ਹੋਣਗੇ ਬਾਈ ਅਮਨ ਸਿੰਗਲਾ ਜੀ, ਮਾਸਟਰ ਮਾਰਵਲ ਵਾਲਿਆਂ ਦੇ ਆਪਾਂ ਖੜ੍ਹੇ ਹਾਂ। ਮਾਸਟਰ ਜੀ, ਹਾਂਜੀ, ਅੱਜ ਫਿਰ ਮੈਨੂੰ ਉਹ ਦਿਖਾ ਦਿਓ ਜਿਹੜੀ ਆਮ ਘਰਾਂ ਦੇ ਵਿੱਚ ਲੱਗਦੀ ਹੈ, ਜ਼ਿਆਦਾ ਲੱਗਦੀ ਹੈ, 2x4 ਵਾਲਾ ਲੱਗਦਾ ਨਾ ਸਾਈਜ਼, 2x4 ਜੀ, 2x4 ਦੇ ਵਿੱਚ ਕਲਰ ਦਿਖਾ ਦਿਓ, ਠੀਕ ਹੈ ਜੀ, ਕੁਆਲਿਟੀ ਦਿਖਾ ਦਿਓ, ਵਰਾਇਟੀ ਦਿਖਾ ਦਿਓ, ਠੀਕ ਹੈ ਜੀ। ਜੀ ਆ ਜਾਓ ਤਾਰੀ, ਇੱਕ ਮਿੰਟ ਆ ਜਾਓ ਜੀ। ਸਾਡੇ ਕੋਲ ਅੱਜ ਦੀ ਘੜੀ 2x4 ਦੇ ਵਿੱਚ 100 ਕਲਰ ਮਤਲਬ ਇੱਥੇ ਮੌਜੂਦ ਹੈ ਆਪਣੇ ਸ਼ੋਰੂਮ ਦੇ ਵਿੱਚ ਜੀ। ਇੱਕ ਆਪਾਂ ਇਕੱਲੇ ਕਹਿੰਦੇ ਨਹੀਂ ਵੀ ਆਪਣੇ ਕੋਲ ਲੋਕ ਕਹਿੰਦੇ 100 ਕਲਰ ਹੈ, ਹਾਂਜੀ, ਪਰ ਐਕਚੁਅਲੀ ਚ ਨਿਕਲਦੇ ਕਿੰਨੇ ਆ, 20-30 ਕਲਰ ਨਿਕਲਦੇ ਆ, 20-30 ਨਿਕਲਦੇ ਆ। ਸੋਨੂੰ 100 ਕਲਰ ਇੱਥੇ ਅੱਜ ਆਪਾਂ ਦਿਖਾਵਾਂਗੇ ਤੇ ਨਵੀਂ ਵੈਰਾਈਟੀ ਉਹਦੇ ਵਿੱਚ ਵੀ ਕੀ ਕੁਝ ਵੈਰਾਈਟੀ ਨਵੀਂ ਆਈ ਆਪਣੇ ਕੋਲੇ। ਤੇ 100 ਦੇ ਵਿੱਚ ਇੱਕ ਤੁਸੀਂ ਮੈਨੂੰ ਹੋਰ ਗੱਲ ਦੱਸੋ ਵੀ ਜਿਹੜਾ 100 ਦਾ 100 ਹੋਊਗਾ, ਹਾਂਜੀ, ਉਹ ਬਲਕ 'ਚ ਹੋਊਗਾ ਕਿ 100 ਦਾ 100 ਐਂ ਹੁੰਦਾ ਵੀ ਕਈ 10-20 ਟੇਲਾਂ ਦੇ ਨਾ, ਉਹ ਚੀਜ਼ ਨਹੀਂ, ਲੋਟ ਨਹੀਂ, ਮਤਲਬ ਆਪਣੇ ਕੋਲੇ 5000-6000 ਫੁੱਟ ਇੱਕ ਡਿਜ਼ਾਈਨ ਦਾ ਸਟਾਕ ਹੋਊਗਾ ਮਿਨੀਮਮ, ਹਾਂ, 300-400 ਬਾਕਸ ਦਾ ਅਸੀਂ ਸਟਾਕ ਮੰਗਾ ਕੇ ਰੱਖਦੇ ਹਾਂ। ਮਤਲਬ ਏ ਬੀ ਸੀ ਬੰਦਾ ਕਿਸੇ ਵੀ ਚੀਜ਼ ਦੇ ਹੱਥ ਧਰ ਕੇ ਕਹਦੇ 100 ਡੱਬਾ ਚਾਹੀਦਾ ਤਾਂ ਮਿਲੂਗਾ, ਮਿਲੂਗਾ, ਇਹ ਨਹੀਂ ਕਹਾਂਗੇ ਵੀ ਹਫਤੇ ਨੂੰ ਆਊ ਜਾਂ 10 ਦਿਨਾਂ ਨੂੰ ਆਊਗਾ ਜਾਂ ਅਸੀਂ ਸਟਾਕ ਨਹੀਂ ਲੈ, ਮਤਲਬ ਹੁਣੇ ਮਿਲੂਗਾ, ਹੁਣੇ ਮਿਲੂ, ਹਾਜ਼ਰ ਮਿਲੂ, ਤੁਹਾਨੂੰ ਸਟਾਕ ਵੀ ਦਿਖਾਵਾਂਗੇ, ਮਤਲਬ ਸਾਰੇ ਡਿਜ਼ਾਈਨਾਂ ਦਾ ਸਟਾਕ ਦਿਖਾਵਾਂਗੇ ਪ੍ਰੋਪਰ। ਤੇ ਜੇ ਡਿਜ਼ਾਈਨ ਇੰਨੇ ਡਿਫਰੈਂਟ ਹੈਗੇ ਆ ਤਾਂ ਰੇਟ ਤਾਂ ਨਹੀਂ ਬਹੁਤ ਜ਼ਿਆਦਾ ਵਧਾਤਾ ਕਿਤੇ ਪਿਛਲੇ ਵਾਰ ਨੂੰ? ਦੇਖੋ ਜੀ, ਕੋਈ ਵੀ ਆਦਮੀ ਆਪਾਂ ਮਾਲ ਲੈਣ ਜਾਂਦੇ, ਕਿਤੇ ਵੀ ਸਮਾਨ ਲੈਣ ਜਾਂਦੇ ਆ ਤਾਂ 3-4 ਗੱਲਾਂ ਮੇਨ ਹੁੰਦੀਆਂ। ਪਹਿਲੀ ਗੱਲ ਤਾਂ ਵੀ ਬੰਦੇ ਬੰਦੇ ਕਿਹੋ ਜਿਹੇ ਆ, ਤੁਹਾਡੀ ਲੈਂਗੁਏਜ 'ਚ ਬੰਦੇ ਕਿਸ ਤਰ੍ਹਾਂ ਦੇ ਆ, ਉਹ ਇੱਕ ਨੰਬਰ ਆ, ਇੱਕ ਗੱਲ ਕਹਿ ਦਿੰਦਾ। ਦੂਸਰੀ ਗੱਲ ਆ ਗਈ ਵੀ ਆਪਾਂ ਨੂੰ ਉੱਥੇ ਕਿਸ ਤਰ੍ਹਾਂ ਦੀ ਵਰਾਇਟੀ ਮਿਲਦੀ ਹੈ, ਕਿੰਨੀ ਕੁ ਵਰਾਇਟੀ ਮਿਲਦੀ ਹੈ। ਦੂਸਰੀ ਗੱਲ, ਆਪਾਂ ਨੂੰ ਕਿਸੇ ਸ਼ੋਰੂਮ 'ਚ ਵਰਾਇਟੀ ਵੀ ਮਿਲ ਜੂ, ਦੇਖੋ ਵੱਡੇ ਸ਼ੋਰੂਮ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਵੱਡੇ ਵੱਡੇ ਸ਼ੋਰੂਮ ਬਣ ਰਹੇ ਆ,
ਵਰਾਇਟੀ ਮਿਲ ਜੂ, ਪਰ ਫਿਰ ਉਹ ਰੇਟ ਹੀ ਇੰਨਾ ਵਧਾ ਦੇਣਗੇ ਵੀ ਆਪਾਂ ਨਾ ਚਾਹੁੰਦੇ ਵੀ ਚੀਜ਼ ਲੈ ਨਹੀਂ ਸਕਦੇ, ਵੀ ਯਾਰ ਇਹ 50 ਰੁਪਏ ਫੁੱਟ ਬੋਲੀ ਜਾਂਦੇ ਆ, 45 ਰੁਪਏ ਬੋਲੀ ਜਾਂਦੇ ਆ। ਹਾਂਜੀ 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 ਹਾਂਜੀ, ਆਪਣੇ ਕੋਲ ਤੁਹਾਨੂੰ ਵਰਾਇਟੀ ਵੀ ਇੰਨੀ ਮਿਲੂਗੀ, ਰੇਟ ਉਹੀ 2x4 ਦਾ ਸਿਰਫ 33 ਰੁਪਏ ਫੁੱਟ। 33 ਰੁਪਈਏ ਫੁੱਟ ਦੇ ਵਿੱਚ 2x4 ਦੇ ਵਿੱਚ 100 ਡਿਜ਼ਾਈਨ ਬੰਦਾ ਖਰੀਦ ਸਕਦਾ, 100 ਡਿਜ਼ਾਈਨ ਖਰੀਦ ਸਕਦਾ। ਤੇ ਤੁਹਾਨੂੰ ਇਹ ਆਹ ਦੇਖੋ ਜੀ, ਆਹ ਟਾਈਲ ਦੇਖੋ ਜੀ, ਐਂਡਲੈਸ ਟਾਈਲ ਆ ਜੀ ਸਾਰੀ ਇਹ। ਪਰ ਤੁਸੀਂ ਆਪਣਾ ਰੇਟ ਸੁਣੋਗੇ, ਆਪਣਾ ਰੇਟ ਸੇਮ ਹੈ ਉਹੀ 33 ਰੁਪਏ ਫੁੱਟ। ਠੀਕ ਆ, ਕਾਰਵਿੰਗ ਸੀਰੀਜ਼ ਦੇਖੋ, ਆ ਸਾਰੇ ਕਾਰਵਿੰਗ ਸੀਰੀਜ਼ ਆ ਗਈ ਜੀ, ਆ ਕਾਰਵਿੰਗ ਸੀਰੀਜ਼ ਆ ਗਈ ਜਿਹੜੀ ਮੈਟ ਦੇ ਵਿੱਚ ਆ, ਜਿਹੜੀ ਮੈਟ ਦੇ ਵਿੱਚ ਆ ਜੀ ਦੇਖੋ, ਇਹਦੇ ਰੇਸ਼ੇ ਐਂਡਲੈਸ ਪਲੱਸ ਦੇਖੋ, ਦੇਖੋ ਸਾਰੇ ਰੇਸ਼ੇ ਇਹਦੇ ਸ਼ਾਈਨ ਕਰਦੇ, ਜਿਹੜੇ ਜਿਹਨੂੰ ਮਤਲਬ ਕਹਿ ਲਗੇ ਵੀ ਸਲਿੱਪਰੀ ਨਹੀਂ ਹੁੰਦੀ, ਸਲਿੱਪਰੀ ਨਹੀਂ ਹੁੰਦੀ, ਰੇਸ਼ੇ ਸ਼ਾਈਨ ਕਰਦੇ ਆ, ਚਮਕ ਵੀ ਦਊਗੀ, ਸਲਿੱਪਰੀ ਵੀ ਨਹੀਂ ਹੈਗੀ। ਹਾਂ, ਇਹ ਸਲਿੱਪਰੀ ਨਹੀਂ ਹੋਊਗੀ ਫਲੋਰ, ਜਿਹੜੀ ਇਹ ਹੋਊਗੀ, ਇਹ ਇੰਡੋਰ ਵਾਲੀ ਆ ਕਿ ਆਊਟਡੋਰ ਵਾਲੀ ਆ? ਇਹ ਇੰਡੋਰ ਆ ਜੀ ਸਾਰੀ, ਮਤਲਬ ਅੰਦਰਲੇ ਪਾਸੇ, ਅੰਦਰਲੇ ਪਾਸੇ ਵਾਲੀ ਹੈ, ਅੰਦਰਲੇ ਪਾਸੇ ਲੱਗ ਸਕਦੀ ਹੈ। ਤੇ ਇੰਨੀ ਵਰਾਇਟੀ ਆਪਣੇ ਕੋਲ ਦੇਖੋ, 30 ਕਲਰ ਆ ਗਏ ਇਹਦੇ ਵਿੱਚ ਜੀ। ਇਸ ਤੋਂ ਬਾਅਦ ਆਪਾਂ ਨੀਚੇ ਸ਼ੁਰੂ ਕਰਦੇ ਹਾਂ ਜੀ, ਜੀ ਜੀ, ਕਿਉਂਕਿ ਆ ਜਿਹੜਾ ਹੇਠਾਂ ਰੱਖਿਆ ਸਾਰੇ ਐਂਡਲੈਸ ਆ ਜੀ ਟੋਟਲੀ ਇਹ ਜੀ। ਸੋ ਮੈਂ ਇੱਕ ਵਾਰ ਮੋਟੀ ਮੋਟੀ ਨਿਗਾਹ ਮਰਵਾਉਣਾ ਇਹਦੇ ਵਿੱਚ ਜੀ। ਇਹ ਦੇਖੋ, ਆਪਾਂ ਪੀਸ ਨਾਲ ਪੀਸ ਜੋੜਾਂਗੇ ਤਾਂ ਆਪਾਂ ਨੂੰ ਐਂਡਲੈਸ ਦਾ ਪਤਾ ਲੱਗੂਗਾ। ਹਾਂ, ਜਦੋਂ ਪੀਸ ਨਾਲ ਪੀਸ ਜੋੜਾਂਗੇ ਤਾਂ ਇਹਦੀ ਜਿਹੜੀ ਉਹ ਆ ਉਹ ਖਤਮ ਹੋ ਜਾਊਗਾ। ਖਤਮ, ਦੇਖੋ ਸਾਰੇ ਐਂਡਲੈਸ ਹੋ ਗਏ ਜੀ, ਸਾਰੇ ਰੇਸ਼ੇ ਮਿਲਣਗੇ ਹਰ ਇੱਕ ਐਂਗਲ ਤੋਂ। ਹਾਂ, ਆਹ ਦੇਖੋ ਜੀ, ਇਹ ਰੇਸ਼ੇ ਨਾਲ ਰੇਸ਼ਾ ਮਤਲਬ ਬਿਲਕੁਲ ਉਵੇਂ ਹੀ ਜਾਊਗਾ ਸਿੱਧਾ, ਸਾਰੀ ਕੋਠੀ ਦਾ ਰੇਸ਼ਾ ਇੱਕੋ ਹੀ ਪੈਟਰਨ ਦਿਖਾਈ ਦਊਗਾ ਆਪਾਂ ਨੂੰ। ਮਤਲਬ ਇੱਥੇ ਆ ਕੇ ਆਪਣਾ ਸਾਈਜ਼ ਦਾ ਮੈਟਰ ਖਤਮ ਹੋ ਗਿਆ ਵੀ ਆਪਾਂ ਸਾਈਜ਼ ਵੱਡਾ ਲਾਈਏ ਜਾਂ ਛੋਟਾ ਲਾਈਏ। ਨਹੀਂ ਮਾਸਟਰ ਜੀ, ਜਿਵੇਂ ਮਤਲਬ ਆਹ ਟਾਈਲ ਨਾਲ, ਆਹ ਟਾਈਲ ਤਾਂ ਮਿਲ ਗਈ ਆ, ਹਾਂਜੀ, ਇਹ ਤੂੰ ਗਾਹਾਂ ਵਾਲੀ ਨਾਲ ਬਿਲਕੁਲ ਉਵੇਂ ਮਿਲੂਗੀ, ਪ੍ਰੋਪਰ ਮਿਲੂਗੀ ਜੀ ਸਾਰੀ, ਮਤਲਬ ਹਰੇਕ ਟਾਈਲ ਨਾਲ ਮਿਲੂਗੀ ਸਾਰੀ ਐਂਡਲੈਸ ਕੁਆਲਿਟੀ, ਸਾਰੀ ਐਂਡਲੈਸ। ਤੇ ਜਦੋਂ ਆਪਾਂ ਇਧਰਲੇ ਪਾਸੇ ਲਾਵਾਂਗੇ, ਇਧਰਲੇ ਪਾਸੇ ਇਧਰ ਵੀ ਮਿਲੂਗਾ ਤੁਹਾਨੂੰ, ਲਾ ਕੇ ਵੀ ਦਿਖਾਵਾਂਗੇ ਆਪਾਂ, ਚਾਰ ਪੀਸ ਇਧਰਲੇ ਵੀ ਲਾ ਕੇ ਦਿਖਾਈ, ਆਹ ਚੀਜ਼ ਦਾ ਸਿਰੇ ਦਾ ਸਿਰਾ ਜੋੜ ਕੇ ਦਿਖਾਈ, ਦੇਖੀ 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 ਦੇਖੀ, ਕੋਈ ਨਹੀਂ ਕੋਈ ਨਹੀਂ ਕੋਈ, ਜਿਹੜੀ ਪੂਰੀ ਹਾਈ ਗਲੋਸ ਹੋਊਗੀ ਉਹ ਕਿੰਨੇ ਦੀ ਮਿਲ ਜੂਗੀ ਆਪਾਂ? ਉਹ ਵੀ ਸੇਮ ਰੇਟ ਆ ਜੀ ਆਪਣਾ, 33 ਰੁਪਏ ਮਤਲਬ, 33 ਮਤਲਬ ਜਿਹੜੀ ਸੁਪਰ ਸ਼ਾਈਨ ਵਾਲੀ ਹੋਊਗੀ, ਸ਼ਾਈਨ ਵਾਲੀ ਜੀ, ਹਾਂ, ਕੋਈ ਉਹਦਾ ਐਕਸਟਰਾ ਨਹੀਂ ਆਪਣੇ ਸ਼ੋਰੂਮ ਦੇ ਵਿੱਚ, ਹਾਂ, ਕਿਉਂਕਿ ਜਿਹੜੇ ਜੇ ਦਰਸ਼ਕਾਂ ਨੂੰ ਦੱਸ ਦਈਏ ਤਾਂ ਇਹਨਾਂ ਦੀ ਸਭ ਤੋਂ ਜ਼ਿਆਦਾ ਕੀਮਤ ਇਹਨਾਂ ਦੇ ਉੱਪਰਲੇ ਗਲੋਸ ਦੀ ਹੋਈ ਹੁੰਦੀ ਹੈ, ਗਲੋਸ ਦੀ ਹੈ ਜੀ ਸਾਰੀ, ਐਂਡਲੈਸ ਵੈਰਾਈਟੀ, ਡਿਜ਼ਾਈਨ ਅਨਲਿਮਿਟਿਡ ਮਤਲਬ, ਹਾਂ। ਤੇ ਜਿਹੜੀਆਂ ਬਹੁਤ ਸਸਤੀਆਂ ਮਿਲਦੀਆਂ ਵੀਰੇ, ਇਹ 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 ਜਿਹੜੀ ਹੈਗੀ ਆ ਇਹ ਪ੍ਰੀਮੀਅਮ ਕੁਆਲਿਟੀ ਜੀ, ਜੀ ਰੈਗੂਲਰ ਕੁਆਲਿਟੀ ਜੀ, ਜਿਹੜੀ ਆਮ ਆਪਾਂ ਸ਼ੋਰੂਮ ਦੇ ਵਿੱਚ ਜਾਂਦੇ ਆਪਾਂ ਕਹਿੰਦੇ ਆ 27-28 ਰੁਪਏ ਫੁੱਟ ਮਿਲਦੀ ਹੈ, ਉਹ ਵੀ ਅਸੀਂ ਇੱਕ ਅਲੱਗ ਗੈਲਰੀ ਬਣਾਈ ਹੋਈ ਹੈ ਜੀ, 27-28 ਰੁਪਏ ਵਾਲੀ, ਪਰ ਉਹ ਪ੍ਰੀਮੀਅਮ ਨਹੀਂ ਹੋਊਗੀ, ਉਹਦੇ ਵਿੱਚ ਕਹਿ ਕੇ ਦਵਾਂਗੇ ਵੀ ਪ੍ਰੀਮੀਅਮ ਨਹੀਂ ਹੈਗੀ। ਹਾਂ ਵੀ ਇਹ ਸਟੈਂਡਰਡ ਦਾ ਮਾਲ ਆ ਗਿਆ ਜੀ, ਹਾਂ, ਦੇਖੋ ਜੀ ਸਟੈਂਡਰਡ ਦਾ ਮਾਲ, ਇਹ ਸਾਰੇ ਗਲੋਸੀ ਦੇ ਕਲਰ ਹੈ ਜਿੰਨੇ ਸੀਗੇ ਆਪਣੇ। ਇਸ ਤੋਂ ਬਾਅਦ ਇਹ ਕਾਰਵਿੰਗ ਸੀਰੀਜ਼ ਹੈਗੀ ਜਿਹੜੀ ਤੁਹਾਨੂੰ ਮੈਂ ਦੱਸਿਆ ਸ਼ੋਰੂਮ ਦਾ, ਜਿਵੇਂ ਰੇਟ ਇਹਦਾ 42-45 ਰੁਪਏ ਫੁੱਟ ਰੇਟ ਕੀਤਾ ਹੋਇਆ ਜੀ ਜੀ। ਹੁਣ ਦੇਖੋ ਆਹ ਟਾਈਲ ਹੈ ਜੋੜੀ ਨਾਲ ਜੁੜੀ, ਦੇਖੋ ਜੀ ਆਪਾਂ ਜੋੜ ਦੇਖਾਂਗੇ ਵੀ ਜੁਆਇੰਟ ਇਹਦਾ ਪਤਾ ਲੱਗਦਾ ਜੀ, ਦੇਖੋ ਹੁਣ ਇਹਦਾ ਜਮਾ ਹੀ ਖਤਮ ਹੋ ਜਾਂਦਾ ਹੈ ਨਾ, ਇਹ ਤਾਂ ਪ੍ਰੀਤ ਜਮਾ ਹੀ ਖਤਮ ਹੋ ਜਾਂਦਾ। ਦੇਖੋ ਸ਼ਾਈਨ, ਦੇਖੋ ਜੀ ਟਾਈਲ ਦੇ ਉੱਪਰ ਸ਼ਾਈਨ ਦੇਖੋ ਤੁਸੀਂ,
ਇਹ ਦੂਜਾ ਆ ਗਿਆ ਨੌਨ ਸਲਿਪਰੀ ਆ ਗਈ, ਨੌਨ ਸਲਿਪਰੀ ਆ ਗਈ ਜੀ, ਕਾਰਵਿੰਗ ਟਾਇਲ ਆ ਗਈ ਮਤਲਬ ਇਹ ਜੀ, ਇਹ ਸਾਰੀ ਕਾਰਵਿੰਗ ਦੀ ਸੀਰੀਜ਼ ਹੈ। ਅੱਜ ਕੱਲ ਸਿੰਘਾ ਸਾਹਿਬ ਕਿਹੜੀ ਜ਼ਿਆਦਾ ਲਾ ਰਹੇ ਆ ਲੋਕ, ਆਹ ਜ਼ਿਆਦਾ ਲਾ ਰਹੇ ਆ ਅੱਜ ਕੱਲ, ਕਾਰਵਿੰਗ ਜ਼ਿਆਦਾ ਲੱਗ ਰਹੀ ਹੈ ਜੀ, ਹੈਨਾ ਇਹਦੇ ਵਿੱਚ ਜਿਹਦੇ ਉੱਤੇ ਤਿਲਕੇ ਨਾ ਬੰਦਾ, ਹਾਂ ਕਿਉਂਕਿ ਇਹਦੇ ਵਿੱਚ ਅੱਜ ਕੱਲ ਡਿਜ਼ਾਈਨ ਬਹੁਤ ਜ਼ਿਆਦਾ ਆਉਣ ਲੱਗ ਗਏ, ਬਹੁਤ ਜ਼ਿਆਦਾ ਵੈਰਾਈਟੀ ਡਿਜ਼ਾਈਨ ਨਹੀਂ ਆਉਂਦੇ ਸੀ, ਹਾਂ ਇਹਦਾ ਰੇਸ਼ਾ ਘੁਮਾ ਦਿਓ, ਹਾਂ ਸਹੀ, ਨਹੀਂ ਨਹੀਂ ਬਸ ਬਸ ਬਸ, ਆਹ ਦੇਖੋ ਜੀ ਐਂਡਲੈਸ ਹੋ ਗਈ ਸਾਰੀ, ਹਾਂ ਤੁਹਾਨੂੰ ਜੋੜੀ ਨਹੀਂ ਪਤਾ ਲੱਗੂਗਾ, ਪਤਾ ਹੀ ਨਹੀਂ, ਜਦੋਂ ਮਿਸਤਰੀ ਲਾ ਦੂਗਾ ਉਦੋਂ ਜਮਾਂ ਹੀ ਨਹੀਂ ਪਤਾ ਲੱਗੂਗਾ, ਨਹੀਂ ਪਤਾ ਲੱਗਣਾ। ਸਾਡਾ ਜੀ ਮੇਨ ਮੋਟਿਵ ਇਹ ਵੀ ਤੁਹਾਨੂੰ ਵਰਾਇਟੀ ਦਿਖਾਈਏ ਵੀ ਇਹਦੇ ਵਿੱਚ ਕਿੰਨੀ ਵਰਾਇਟੀ ਹੈ ਆਪਣੇ ਕੋਲੇ, ਬਹੁਤ ਜ਼ਿਆਦਾ ਸਾਰੀ ਵਿਛਾਈ ਪਈ ਵਰਾਇਟੀ ਹੈ ਜੀ, ਸਾਰਾ ਸਟਾਕ ਤੁਹਾਨੂੰ ਰੇਡੀ ਮਿਲੂਗਾ, ਮਤਲਬ ਇਹ ਨਹੀਂ ਕਹਾਂਗੇ ਵੀ ਰੇਡੀ ਹਫਤੇ ਬਾਅਦ ਆਊ ਜਾਂ 10 ਦਿਨ ਬਾਅਦ ਆਊ, ਵੀ ਆਹ ਜਿਹੜੀਆਂ ਟਾਈਲਾਂ ਆਪਾਂ ਦਿਖਾ ਰਹੇ ਹਾਂ ਐਂ ਨਹੀਂ ਵੀ ਆ ਦੋ ਇੱਕ ਜੋੜਾ ਹੀ ਆ, ਇਹ ਜਿੰਨੀ ਮਰਜ਼ੀ ਲੈ ਲਓ, ਹਾਂ ਆਹ ਦੇਖੋ ਜੀ, ਦੇਖੋ ਜੀ ਰੇਸ਼ਾ ਮਿਲਦਾ ਇਹਦਾ ਐਂਡਲੈਸ ਸਟਾਈਲ, ਦੇਖੋ ਜੀ ਆਹ ਰੇਸ਼ਾ ਇਹਦਾ ਸ਼ਾਈਨ ਕਰਦਾ, ਇਹ ਕਾਰਵਿੰਗ ਸੀਰੀਜ਼ ਆ ਗਈ ਸਾਰੀ, ਠੀਕ ਆ ਜੀ, ਆ ਜਾ ਪ੍ਰੀਤ ਇਧਰਲੇ ਪਾਸੇ ਵੀ ਆ ਜਾ, ਪਤਾ ਹੀ ਪਾਸੇ ਆ ਜਾ, ਤੇ ਇਹ ਆਪਣੀ ਐਂਡਲੈਸ ਵੀ ਆ ਗਈ, ਸਕ੍ਰੈਚਲੈਸ ਵੀ ਆ ਗਈ, ਸਕ੍ਰੈਚਲੈਸ ਵੀ ਆ ਗਈ, ਐਂਡਲੈਸ ਵੀ ਹੈ, ਕਾਰਵਿੰਗ ਸੀਰੀਜ਼ ਹੈ, ਹਾਂ ਤੇ ਫਲੈਕਸੀਬਲ ਵੀ ਆ ਗਈ, ਫਲੈਕਸੀਬਲ ਤਾਂ ਹੈਗੀ, ਜਿਹੜੀ ਕਾਰਵਿੰਗ ਸੀਰੀਜ਼ ਹੈ ਤਾਂ ਆਟੋਮੈਟਿਕਲੀ ਫਲੈਕਸੀਬਲ ਹੋ ਗਈ ਹੋਗੀ ਮਤਲਬ, ਹਾਂ ਕਿਉਂ ਜੁਆਇੰਟਲੈਸ ਲੱਗਣੀ ਆ ਉਹ, ਵਾਈਟ ਸਤਵਾਰੀ ਆ ਗਿਆ ਜੀ, ਸਭ ਤੋਂ ਬੈਸਟ ਕਲਰ ਹੈ, ਮਤਲਬ ਬਹੁਤ ਜ਼ਿਆਦਾ ਸੋਹਣਾ ਹੈ, ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਪਸੰਦ ਆਊਗਾ, 50 ਸਾਲ ਲੱਗਿਆ ਰਵੇ ਮਤਲਬ ਇਸ ਤਰ੍ਹਾਂ ਲੱਗੂਗਾ ਅੱਜ ਨਵਾਂ ਪੀਸ ਲੱਗਿਆ ਹੋਇਆ, ਆ ਜਾ ਆ ਜਾ ਕਰਦੇ ਇਕੱਠੀਆਂ, ਕਰਦੇ ਇਕੱਠੀਆਂ, ਦੇਖ ਦੋ ਦੋ ਕਰਤੀਆਂ ਪ੍ਰੀਤ ਇਹਨਾਂ ਨੇ ਸਾਰੀਆਂ, ਆ ਦੇਖੋ ਜੀ ਐਂਡਲੈਸ, ਆ ਦੇਖੀ ਆ ਤਾਂ ਪ੍ਰੀਤ ਜਮਾਂ ਹੀ ਖਤਮ ਹੋ ਗਿਆ, ਇਹ ਸਭ ਵਰਾਇਟੀ ਅੱਜ ਦਿਖਾਉਣੀ ਵੀ ਆਪਣੇ ਕੋਲ ਸਾਰੀ ਲੇਟੈਸਟ ਵਰਾਇਟੀ ਆਈ ਹੈ, ਕੱਲ ਵੀ ਗੱਡੀਆਂ ਉਤਰੀਆਂ ਅੱਜ ਵੀ ਉਤਰੀਆਂ, ਜਿਹੜੀ ਮਤਲਬ ਜਿਹੜੀਆਂ ਆ ਚੀਜ਼ਾਂ ਆ ਗਈਆਂ ਇਹ ਮਤਲਬ ਬਹੁਤ ਮੁਸ਼ਕਲ ਨਾਲ ਕਿਤੋਂ ਲੱਭਣਗੀਆਂ, ਹਰ ਇੱਕ ਕੰਪਨੀ ਕੋਲੇ ਹੁੰਦਾ ਨਹੀਂ ਮਾਲ ਇਹਨਾਂ ਐਂਡਲੈਸ ਬਣਾਉਂਦੀਆਂ ਨਹੀਂ ਹੈ ਕੰਪਨੀਆਂ, ਆ ਦੇਖੋ ਤਾਂ ਸਹੀ ਯਾਰ ਆ ਸਭ ਬਹੁਤ ਪਿਆਰਾ ਕਲਰ ਆ ਆ, ਜੇ ਮੰਨ ਲਓ ਵੀ ਜੇ ਮੈਂ ਐਜ ਏ ਕਸਟਮਰ ਪਸੰਦ ਕਰਦਾ ਤਾਂ ਜੇ ਮੈਂ ਗਲੋਸ 'ਚ ਕਰਦਾ ਤਾਂ ਮੈਂ ਇਹਨੂੰ ਕਰਦਾ ਜਾਊ, ਉਹ ਮੈਟ 'ਚ ਕਰਦਾ ਤਾਂ ਆਪਣੇ ਕੋਲ ਇਹਦੇ ਵਿੱਚ ਵੀ ਗਾਹ 6 ਕਲਰ ਹੋਰ ਨੇ, ਹਰ ਇੱਕ ਦੇ ਵਿੱਚ ਗਾਹ 3-3 4-4 ਕਲਰ ਹੋਰ ਮਿਲਣਗੇ, ਅੱਛਾ ਇਹਦੇ ਵਿੱਚ ਜੇ ਕੋਈ ਬੰਦਾ ਚਾਹੇ ਕਿ ਹਲਕਾ ਯਾਰ ਕਲਰ ਚੇਂਜ, ਵਾਈਟ ਮਿਲ ਜੂਗਾ, ਐਵਰੀ ਮਿਲ ਜੂਗਾ, ਬਰਾਊਨ ਮਿਲ ਜੂਗਾ, 6 ਕਲਰ ਮਿਲਣਗੇ ਹੋਰ ਗਾਹ ਇਹਦੇ ਵਿੱਚ, ਵੀ ਮਤਲਬ ਕਹਿਣ ਤੋਂ ਭਾਵ ਵੀ ਕਈ ਵਾਰੀ ਕੀ ਹੁੰਦਾ ਕਿਸੇ ਦੇ ਆਰਕੀਟੈਕਟ ਦਾ ਕਿਹਾ ਹੁੰਦਾ ਕਿ ਆਪਣਾ ਕਲਰ ਕੰਬੀਨੇਸ਼ਨ ਆਹ ਹੈ ਤਾਂ ਉਹ ਕਲਰ ਕੰਬੀਨੇਸ਼ਨ ਵਾਲੀ ਜਿਹੜੀ ਤੁਹਾਨੂੰ ਸੇਮ ਮਿਲੂਗਾ, ਗ੍ਰੇ ਪੈਟਰਨ ਦੇ ਵਿੱਚ ਮਿਲੂਗਾ ਜੀ, ਆਹ ਦੇਖੋ ਜੀ, ਆਹ ਦੇਖ ਆਹ ਕਿੰਨੀ ਸੋਹਣੀ ਆ, ਕਿੰਨਾ ਪਿਆਰਾ ਕਲਰ ਆ ਪ੍ਰੀਤ, ਮਤਲਬ ਹਜੇ ਵੀ ਸਾਡੇ ਤੋਂ ਸਾਰਾ ਮਤਲਬ ਬਹੁਤ ਵੱਡਾ ਸ਼ੋਰੂਮ ਆ ਪਰ ਸਾਡੇ ਤੋਂ ਸਾਰੇ ਨਹੀਂ ਪਏ, ਘੁੰਮ ਕੇ ਆਏ ਆ ਹਜੇ, ਇੰਨੇ ਕਲਰ ਹੀ ਬਾਹਰ ਪਏ ਨੇ ਕਿਉਂਕਿ ਸ਼ੋਰੂਮ ਵਿੱਚ ਸਾਰੇ ਆਪਾਂ ਰੱਖ ਹੀ ਨਹੀਂ ਸਕਦੇ, ਇੰਨੇ ਕਲਰ ਦਿਖਾਏ ਨਹੀਂ ਜਾਣੇ, ਆਹ ਦੇਖੀ ਪ੍ਰੀਤ ਆਹ ਕਿੰਨਾ ਪਿਆਰਾ ਕਲਰ ਆ, ਆਹਾ ਆਹ ਬਹੁਤ ਘੱਟ ਦੇਖਣ ਨੂੰ ਮਿਲੂਗਾ, ਆਹਾ ਬਹੁਤ ਮਤਲਬ ਕਹਿਣ ਤੋਂ ਭਾਵ ਇਹ ਆ ਵੀ ਜਿੰਨੇ ਵੀ ਤੁਸੀਂ ਆ ਕੇ ਉਲਝ ਜਾਓਗੇ ਯਾਰ ਤੁਹਾਨੂੰ ਹਰ ਚੀਜ਼ 'ਤੇ ਜਾ ਕੇ ਖੜਨਾ ਪਊਗਾ ਕਿਤੇ ਨਾ ਕਿਤੇ, ਯਾਰ ਆਹ ਗੱਲ ਦਾ ਮੈਨੂੰ ਬਹੁਤ ਮੈਸੇਜ ਆਏ ਵੀ ਸੱਚੀ ਯਾਰ ਉਹ ਪਤਾ ਨਹੀਂ ਆਪਾਂ ਕਿਹਾ ਸੀ 9000 ਰੁਪਏ 'ਚ 8000 ਰੁਪਏ ਦੇ ਵਿੱਚ ਆਪਣੇ ਟਾਇਲ ਲੱਗਦੇ ਜੀ ਬਾਥਰੂਮ ਦੀ ਮਤਲਬ, ਹਾਂ ਬਾਥਰੂਮ ਦੀ ਵੀ ਬਾਥਰੂਮ ਤਿਆਰ ਹੋ ਜਾਂਦਾ ਵੀ ਮਤਲਬ ਪੂਰਾ ਟਾਇਲ, ਮਤਲਬ ਆਪਣਾ 250 ਫੁੱਟ ਦਾ ਬਾਥਰੂਮ ਹੈ ਜੇ ਆਪਾਂ ਵੱਡੀ ਟਾਇਲ ਵੀ ਲਾਉਣੇ ਆ ਹਾਈ ਗਲੋਸ ਟਾਇਲ ਲਾਉਣੇ ਆ ਜੀ ਤਾਂ 33 ਦੇ ਹਿਸਾਬ ਨਾਲ ਆਪਣੀ 8000 ਟਾਇਲ ਘੱਟ ਘੱਟ ਹੀ ਲੱਗੂਗੀ, ਹਾਂ ਉਹ ਮੈਨੂੰ ਬਹੁਤ ਮੈਨੂੰ ਲੱਗਦਾ ਮੈਨੂੰ ਕਹਿੰਦੇ ਯਾਰ ਤੁਸੀਂ ਉੱਦਾਂ ਹੀ ਥੰਬਨੇਲ ਤੇ ਲਿਖਤਾ ਉੱਦਾਂ ਹੀ ਬੋਲਤਾ, ਮੈਂ ਕਹਿੰਦਾ ਨਹੀਂ ਯਾਰ ਵੀ ਤੁਸੀਂ ਜਾਓ ਜਾ ਕੇ ਖਰੀਦ ਲਓ, ਹਾਂ ਅੱਜ ਵੀ 8000 ਰੁਪਏ ਰੇਟ ਹੈ, ਸੋ ਉਹਦੇ ਕਿਰਾਏ ਭਾੜੇ ਵੱਧ ਗਏ, ਟਾਇਲ ਦਾ ਰੇਟ ਵੀ ਕੁਛ ਨਾ ਕੁਛ ਵਧਿਆ ਪਰ ਆਪਣਾ ਰੇਟ ਉਹੀ ਹੈ, ਅੱਜ ਵੀ 8000 ਦੇ ਵਿੱਚ ਆਪਾਂ ਬਾਥਰੂਮ ਦੇਣਾ ਟਾਇਲ ਕੰਪਲੀਟ, ਹਾਂ ਪੂਰਾ ਬਾਥਰੂਮ ਜਿਹੜਾ ਬਣਿਆ ਹੋਇਆ, ਬਾਥਰੂਮ ਬਣਿਆ 2500 ਫੁੱਟ ਦਾ ਬਾਥਰੂਮ 8000 ਦੇ ਵਿੱਚ ਹੀ ਲੱਗੂਗਾ ਇਹ, ਹਾਂ ਐਡਾ ਬਾਥਰੂਮ ਆ ਜਿਹੜਾ ਉਹ ਤਿਆਰ ਹੋ ਜਾਊਗਾ 8000 ਦੀ ਟਾਇਲ ਆਊ ਆਪਣੀ ਮਤ,
ਇਸ ਤੋਂ ਬਗੈਰ ਇੱਕ ਰੁਪਈਆ ਉੱਪਰ ਨਹੀਂ ਲੱਗਣਾ ਮਤਲਬ। ਹਾਂ ਤੇ ਜਿਹੜਾ ਛੋਟਾ ਬਾਥਰੂਮ ਉਹ ਤਾਂ 5000 ਚ ਤਿਆਰ ਹੋ ਜਾਣਗੇ ਵਿੱਚ ਤਿਆਰ ਹੋ ਜਾਣਗੇ ਮਤਲਬ। ਉਹ ਤਾਂ 5000 ਰੁਪਈਏ ਚ ਤਿਆਰ ਹੋ ਜਾਂਦਾ। 5000 ਵਾਲਾ ਵੀ ਦਿਖਾ ਦਈਏ ਪ੍ਰੀਤ। ਹਾਂਜੀ ਹਾਂਜੀ ਆ ਜੋ 5000 ਵਾਲਾ ਵੀ ਦਿਖਾ ਦਈਏ। ਸਾਰੀ 8000 ਵਾਲੀ ਵੈਰਾਈਟੀ। ਸਾਰੀ 8000 ਵਾਲੀ ਆ ਗਈ ਜੀ। ਇੱਕ ਗੱਲ ਵੀਰੇ, ਕੋਈ 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 ਕਲਰ ਕੰਬੀਨੇਸ਼ਨ ਡਿਜ਼ਾਈਨ ਚੇਂਜ ਕਰਨ ਨਾਲ ਤਾਂ ਨਹੀਂ ਫਰਕ ਪੈ ਜੂਗਾ ਵੀ ਜਿਵੇਂ ਤੁਸੀਂ ਕਹੋਗੇ ਕਿ ਯਾਰ ਜੇ ਆਹ ਕੱਲਾ ਲਾਉਂਗੇ ਤਾਂ 8 ਦਾ ਏ, ਜੇ ਆਹ ਦੋ ਐਵੇਂ ਕਰਕੇ ਲਾਉਂਗੇ ਤਾਂ ਮਹਿੰਗਾ। ਆਪਾਂ ਪਹਿਲੀ ਵੀ ਗੱਲ ਕਹੀ ਸੀ ਆਪਣਾ ਹਾਈ ਗਲੋਸ ਐਂਡਲੈਸ ਸਭ ਸੇਮ ਰੇਟ ਨੇ, ਕੋਈ ਐਕਸਟਰਾ ਨਹੀਂ। ਅਸੀਂ ਇਹਦੇ ਵਿੱਚ ਕੁਛ ਨਹੀਂ ਐਕਸਟਰਾ ਲੈਣਾ, ਤੁਹਾਡੇ ਵੀ ਚਾਹੇ ਤੁਸੀਂ ਸਾਰੀ ਇਹੀ ਲਾ ਲਓ, ਸਾਰਾ ਹਾਈ ਗਲੋਸ ਲਗਾ ਲਓ, ਫਿਰ ਵੀ ਆਪਣਾ ਸੇਮ ਰੇਟ ਹੀ 8000 ਰੁਪਏ ਆ ਮਤਲਬ ਟਾਇਰ। ਜੇ ਮੰਨ ਲਓ ਵੀ ਆਹ ਐਵੇਂ ਰਲਵਾਂ ਸੇਮ ਆਹੀ ਕੰਬੀਨੇਸ਼ਨ ਲੈਣਾ ਤਾਂ ਵੀ ਰੇਟ ਇਹੀ, ਤਾਂ ਵੀ ਸੇਮ ਰੇਟ ਹੈ। ਜੇ ਜੇ ਮੰਨ ਕੇ ਚੱਲੋ ਵੀ ਕੋਈ ਬੰਦਾ ਆਹ ਚਾਹੁੰਦਾ ਤਾਂ ਇਹਦਾ ਵੀ ਉਹੀ ਰੇਟ, ਇਹਦਾ ਵੀ ਉਹੀ ਰੇਟ ਹੈ। ਫਿਰ ਇੱਕ ਹੋਰ ਗੱਲ ਜੀ, ਸਾਨੂੰ ਹਾਂ ਆਹ ਮੈਟ ਲੱਗਿਆ ਹੋਇਆ, ਇਹ ਮੈਟ ਦੇ ਵਿੱਚ ਆ ਗਿਆ ਜੀ, ਜੀ ਮੈਟ ਪਲੱਸ ਕਾਰਵਿੰਗ ਆ ਗਈ ਜੀ, ਜੀ ਸਾਰੀ ਦੇ ਸਿਸਟਮ ਦੇ ਇਕੱਲਾ ਇਕੱਲਾ ਜੀ, ਜੀ ਹਾਂਜੀ ਹਾਂਜੀ ਕੀ ਕਹਿਣ ਲੱਗੇ। ਇੱਕ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ NRI ਦੀ, ਸਾਡੇ ਕੋਲ ਘੱਟੋ ਘੱਟ 10-12 ਕੋਠੀਆਂ ਦੇ ਆਰਡਰ ਆਏ ਨੇ ਜੀ, ਜੀ ਜਲੰਧਰ ਸਾਈਡ ਤੋਂ, ਮੋਗਾ ਸਾਈਡ ਤੋਂ। ਅੱਛਾ ਜੀ। ਜਿਹੜੇ ਮਤਲਬ ਵੀ ਬਾਹਰ ਰਹਿ ਰਹੇ ਨੇ, ਕੋਈ USA ਹੈ, ਕੋਈ ਕੈਨੇਡਾ, ਕੋਈ ਕਿਤੇ ਹੈ, ਜੀ ਜੀ ਜੀ, ਤੇ ਉਹ ਮਤਲਬ ਆਪਣੇ ਘਰੇ ਨਹੀਂ ਰਹਿ ਕੇ ਕੰਮ ਕਰਵਾ ਸਕਦੇ। ਹਾਂਜੀ ਸਾਡਾ 10-12 ਸਾਈਡ ਦੇ ਉੱਤੇ ਕੰਮ ਚੱਲ ਰਿਹਾ ਤੇ 3-4 ਸਾਈਡ ਤੇ ਕੰਪਲੀਟ ਵੀ ਹੋ ਚੁੱਕਿਆ। ਤੇ ਪਿੱਛੇ ਜੇ ਇੱਕ ਪਾਰਟੀ ਸਾਡੇ ਕੋਲੇ ਮਤਲਬ US ਤੋਂ ਬਾਅਦ ਸਾਡੇ ਕੋਲ ਇੱਥੇ ਆ ਕੇ ਗਏ, ਮੋਡ ਵਿਜ਼ਿਟ ਕੀਤਾ। ਨਹੀਂ ਅੱਛਾ, ਮਤਲਬ ਤੁਸੀਂ ਬੈੱਡ ਮਟੀਰੀਅਲ ਵੀ ਸਾਰਾ ਹੀ ਕਰ ਲਓਗੇ? ਸਾਰਾ ਟੋਟਲੀ, ਲੇਬਰ ਤੋਂ ਲੈ ਕੇ ਮਤਲਬ ਪੂਰਾ ਕੋਠੀ ਕੰਪਲੀਟ ਹੋ ਜੂ ਉਹਨਾਂ ਦੀ। ਅੱਛਾ ਅੱਛਾ, ਮਤਲਬ ਤੁਸੀਂ ਜੇ ਕੋਈ ਬੰਦਾ ਚਾਹੁੰਦਾ ਕਿ ਬੈੱਡ ਮਟੀਰੀਅਲ ਹੀ ਮੈਨੂੰ ਕੋਈ ਬੰਦਾ ਚਾਹੀਦਾ ਤਾਂ ਤੁਸੀਂ ਉਹ ਸਾਰਾ ਕੁਝ ਹੀ ਤੁਸੀਂ ਕਰ ਲਓਗੇ? ਪ੍ਰੋਪਰ ਮਿਸਤਰੀ ਜਾਊਗਾ ਉੱਥੇ ਮੈਜ਼ਰਮੈਂਟ ਕਰਕੇ, ਬਈ ਜਿੰਨਾ ਸਕੁਅਰ ਫੁੱਟ ਦੇ ਹਿਸਾਬ ਨਾਲ ਪੈਸੇ ਉਹਨਾਂ ਤੋਂ ਲੈ ਲੂਗਾ। ਜੀ ਆ ਗਿਆ ਇਹ ਛੋਟੇ ਬਾਥਰੂਮ ਆ ਗਏ ਜੀ ਆਪਣੇ, 5000 ਰੁਪਏ ਵਾਲੇ। 5000 ਤੋਂ ਘੱਟ ਘੱਟ ਦੇ ਵਿੱਚ ਹੀ ਲੱਗਣਗੇ ਮਤਲਬ, 5000 ਤੋਂ ਪਲੱਸ ਨਹੀਂ ਹੋਣਗੇ ਮਤਲਬ। 5000 ਰੁਪਏ ਚ ਪੂਰਾ ਬਾਥਰੂਮ ਤਿਆਰ ਹੋ ਜੂਗਾ? ਤਿਆਰ ਹੋ ਜੂਗਾ ਜੀ। ਤੇ ਵੀਰੇ ਜਿਵੇਂ ਮਤਲਬ ਕਹਿਣ ਤੋਂ ਭਾਵ ਆ ਵੀ ਉਹ ਬੰਦੇ ਨੇ ਤੁਹਾਨੂੰ ਨਕਸ਼ਾ ਫੜਾਉਣਾ, ਹਾਂਜੀ ਤੁਹਾਨੂੰ ਥਾਂ ਦੇਣਾ, ਤੇ ਤੁਸੀਂ ਉਹਨੂੰ ਲਾਸਟ ਤੇ ਪੈਸੇ ਲਾਸਟ ਪੇਮੈਂਟ ਲੈ ਕੇ ਤੇ ਚਾਬੀ ਫੜਾਉਣੀ ਆ, ਚਾਬੀ ਫੜਾਉਣੀ ਹੈ ਵੀ ਆਪਣਾ ਕੰਮ ਚੈੱਕ ਕਰੋ ਜੀ ਕੰਮ। ਮਤਲਬ ਉਹ ਆਪੇ ਹੀ ਖੁਸ਼ ਹੋਏ ਆ, ਮਤਲਬ ਵੀ ਕਹਿੰਦੇ ਸਾਡੇ ਕੋਲ ਸਪੈਸ਼ਲ ਇੱਥੇ ਆ ਕੇ ਗਏ ਸ਼ੋਰੂਮ ਦੇ ਵਿੱਚ ਜੀ, ਵੀ ਸਾਨੂੰ ਸਾਰਾ ਕੰਮ ਬਹੁਤ ਪਸੰਦ ਆਇਆ, ਬਹੁਤ ਸੋਹਣੇ ਬਾਥਰੂਮ ਜਿਵੇਂ ਆਪਣੇ ਕੋਲ ਲੱਗੇ ਹੋਏ ਆ, ਇਸ ਤਰ੍ਹਾਂ ਬਾਥਰੂਮ ਉਹਨਾਂ ਦੇ ਘਰੇ ਕੋਠੀ ਦੇ ਵਿੱਚ ਤਿਆਰ ਹੋਏ ਨੇ। ਠੀਕ ਆ ਜੀ, ਠੀਕ ਆ। ਅੱਛਾ ਜਿਹੜੇ ਕੰਮ ਤੁਸੀਂ ਕੰਪਲੀਟ ਕਰਤੇ ਕਰਤੇ ਜਿਹੜੇ ਕੰਮ ਜੀ, ਸਾਨੂੰ ਦੋ ਪਾਰਟੀ ਦੇ ਸਪੈਸ਼ਲ ਇੱਥੇ ਆ ਕੇ ਮਿਲ ਕੇ ਗਈਆਂ, ਮਤਲਬ ਟਾਈਮ ਦੇ ਵਿੱਚ ਟਾਈਮ ਕੱਢ ਕੇ। ਮਤਲਬ ਕਹਿਣ ਤੋਂ ਭਾਵ ਵੀ ਤੁਹਾਡੇ ਕੋਲੇ ਆਪਣੇ ਠੇਕੇਦਾਰ, ਆਪਣਾ ਸਾਰਾ ਕੁਝ, ਲੇਬਰ ਵਗੈਰਾ ਸਾਰਾ ਕੁਝ ਹੀ ਟੋਟਲ ਹੀ ਹੈਗਾ। ਤੇ ਇਧਰਲੇ ਪਾਸੇ ਫਿਰ ਆਪਾਂ ਟੂਟੀਆਂ ਵਾਲੇ ਪਾਸੇ ਵੀ ਮਾੜਾ ਜਿਹਾ ਮਾਰ ਲਈਏ ਨੀ। ਹਾਂਜੀ ਹਾਂਜੀ, ਇਧਰਲੇ ਪਾਸੇ ਸੈਰਾ ਦੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਆ ਗਏ ਸਾਰਾ। ਤੇ ਸੈਰਾ ਦੀ ਟੂਟੀ ਬਾਰੇ ਮੈਂ ਜਾਣਕਾਰੀ ਦੱਸ ਦਿਆਂ ਵੀ ਸੱਜਣੋ 10 ਸਾਲ ਦੀ ਗਰੰਟੀ ਹੁੰਦੀ ਹੈ ਇਹਦੀ, 15 ਸਾਲ ਦੀ ਸੈਰਾ ਦੀ। 15 ਸਾਲ ਦੀ ਹੈ ਸੈਰਾ ਦੀ? 15 ਸਾਲ। ਮੈਂ ਨਾ ਪਿਛਲੇ ਸਾਲ ਨੂੰ, ਪਿਛਲੀ ਵੀਡੀਓ ਨੂੰ 5 ਸਾਲ ਇਹਨਾਂ ਨੇ ਵਧਾਤੇ। ਨਹੀਂ ਪਿਛਲੀ ਵਾਰ ਵੀ ਆਪਣੀ 15 ਸਾਲ ਹੀ ਸੀ ਜੀ, ਇਸ ਵਾਰ ਵੀ 15 ਸਾਲ ਹੀ ਹੈ ਕੰਪਨੀ ਦੀ ਗਰੰਟੀ ਆ ਆਨਲਾਈਨ। ਮਤਲਬ 15 ਸਾਲ ਤਾਂ ਯਾਰ ਅੱਜ ਜਵਾਕ ਜੰਮਿਆ ਵਿਆਹਣ ਵਾਲਾ ਹੋ ਜਾਂਦਾ, ਵਿਆਹਣ ਵਾਲਾ ਹੋ ਗਿਆ ਜੀ, ਹੈਨਾ? ਤੇ ਫਿਰ ਉਹ 15 ਸਾਲ ਨੂੰ ਤਾਂ ਪ੍ਰੀਤ ਅਰਗ ਉਦਾਂ ਹੀ ਕਹਿੰਦਾ ਵੀ ਆਪਾਂ ਹੁਣ ਬਾਪੂ ਬਦਲ ਲਈਏ ਜਗਾੜ, ਜਿਹੜਾ ਬਾਪੂ ਬਾਪੂ ਦੀ ਜਵਾਨੀ ਲੰਘਦੀ ਆ, 15 ਸਾਲ ਇਸ ਤਰ੍ਹਾਂ ਹੀ ਰਹਿਣੀ ਹੈ ਇਸ ਲਈ। ਹਾਂ ਤੇ 15 ਸਾਲਾਂ ਤੋਂ ਬਾਅਦ ਕਿਹੜਾ ਵੀ ਆਏ ਆ ਵੀ ਅੱਜ 15 ਸਾਲ ਟੈਕ ਨਾਂਗੇ ਤੇ ਕੱਲ ਨੂੰ ਧੋਕੇ ਡਿੱਗਣ ਲੱਗ ਜਾਣਗੇ। ਬਸ ਬਸ, ਜਿਹੜੀ 15 ਸਾਲ ਰੁਕੂਗੀ ਉਹ ਫਿਰ 16ਵੇਂ ਵੀ ਰੁਕੂਗੀ, ਰੁਕੂਗੀ, ਹੈਨਾ? ਵੱਡੀ ਗੱਲ ਇਹ ਤੇ 15 ਸਾਲ ਦੀ ਆ ਜਿਹੜਾ ਸਹਿਰਾ ਦਾ ਮਾਲ ਆ ਇਹ 15 ਸਾਲ ਕਿਤੇ ਨਹੀਂ ਚੱਲਿਆ, ਮਤਲਬ ਕੰਪਨੀ ਆਪ ਆ ਕੇ ਸਰਵਿਸ ਦੇ ਕੇ ਜਾਊ, ਆਪ ਆ ਕੇ ਸਰਵਿਸ ਦੇ ਕੇ ਜਾਊ। ਕੋਈ ਵੀ ਪ੍ਰੋਬਲਮ ਆਪਾਂ ਆਨਲਾਈਨ ਕਾਲ ਕਰਨੀ ਆ ਤੁਹਾਡੇ ਘਰੇ ਜਾ ਕੇ ਆਪੇ ਠੀਕ ਕਰਕੇ ਜਾਣਗੇ, ਕੋਈ ਵੀ ਪ੍ਰੋਬਲਮ ਆ ਤਾਂ। ਹਾਂ ਮਤਲਬ ਯਾਰ ਜਿਹੜੇ ਬੰਦਿਆਂ ਕੋਲੇ ਮੈਂ ਤੁਹਾਨੂੰ ਲੈ ਕੇ ਆਇਆ ਇਹ ਇੱਕ ਕੰਪਲੀਟ ਪੈਕੇਜ ਆ, ਇਹ ਬੰਦੇ ਇੱਕ ਕੰਪਲੀਟ ਪੈਕੇਜ ਆ, ਜਿਹੜੇ ਬੰਦੇ ਮਤਲਬ ਤੁਹਾਨੂੰ ਇੱਕੋ ਛੱਤ ਦੇ ਥੱਲੇ ਤੁਹਾਨੂੰ ਖਾਲੀ ਪਲਾਟ ਦਾ ਤੁਹਾਡੇ ਤੋਂ ਨਕਸ਼ਾ ਲੈਣਗੇ
ਤੇ ਤੁਹਾਨੂੰ ਪੂਰੀ ਚਾਬੀ ਫੜਾ ਦੇਣਗੇ ਸਾਰਾ ਕੰਪਲੀਟ ਕਰਕੇ, ਬਾਥਰੂਮ ਕਿਚਨ ਤੋਂ ਲੈ ਕੇ ਸਾਰਾ ਟੋਟਲੀ ਫਲੋਰਿੰਗ ਤੋਂ ਲੈ ਕੇ ਮਤਲਬ ਆਪਣਾ। ਹਾਂ ਵੀ ਟੋਟਲੀ ਜੇ ਤੁਸੀਂ ਸਾਰੇ ਕਾਸੇ ਦਾ ਹੀ ਇਸ ਤਰ੍ਹਾਂ ਦੇ ਬਾਥਰੂਮ ਸਾਨੂੰ ਸਾਰੇ ਸਾਰੇ ਕੰਪਲੀਟ ਮਿਲਣਗੇ। ਹਾਂ ਵੀ ਜੇ ਤੁਸੀਂ ਨਕਸ਼ਾ ਵੀ ਨਹੀਂ ਫੜਾਉਣਾ ਨਾ, ਕੱਲਾ ਪਲਾਟ ਹੀ ਦਿਖਾ ਦਿਓ, ਆਰਕੀਟੈਕਟ ਵੀ ਇਹੀ ਕਰ ਲੈਣਗੇ ਆਪੇ, ਸਭ ਕੁਝ ਕੰਪਲੀਟ ਹੋ ਜੂ ਮਤਲਬ ਆਪਣੇ ਘਰੇ। ਹਾਂ ਆਰਕੀਟੈਕਟ ਵਾਲਾ ਮਸਲਾ ਵੀ ਕੰਪਲੀਟ ਕਰ ਦਿਆਂਗੇ। ਇੱਧਰ ਬਾਈ ਆਪਾਂ ਟੂਟੀਆਂ ਦੀ ਗੱਲ ਵੀ ਕਰ ਲਈ, ਪੱਥਰ ਦੀ ਗੱਲ ਵੀ ਕਰ ਲਈ, ਟਾਈਲਾਂ ਦੇ ਥੋੜਾ ਜਿਹਾ ਸਾਈਜ਼ ਦੀ ਗੱਲ ਕਰ ਲਓ ਵੀ ਆਪਾਂ 2x4 ਤਾਂ ਦਿਖਾਤਾ। ਹਾਂਜੀ 2x4 ਤੋਂ ਇਲਾਵਾ ਹੋਰ ਕਿੰਨੇ ਸਾਈਜ਼ ਆਪਣੇ ਹੋਰ ਆਪਣੇ ਕੋਲ ਆ ਜਾਓ ਮਾੜਾ ਜਿਹਾ ਸਾਈਜ਼ ਦੱਸ। ਹਾਂਜੀ ਹਾਂਜੀ ਆ ਜਾਓ ਜੀ ਵੀ ਸਾਈਜ਼ ਦੱਸ ਦਈਏ ਆਪਾਂ ਫਿਰ ਥੋੜਾ ਜਿਹਾ ਆਪਾਂ ਨੂੰ ਮਤਲਬ ਕਈ ਵਾਰੀ ਬੰਦਾ ਕਹਿੰਦਾ ਯਾਰ ਉਹਨੂੰ ਕੋਈ ਇਕੱਲੀ 2x4 ਆ ਕਿਸੇ ਨੂੰ ਉਸ ਤੋਂ ਬਾਅਦ ਵੱਡੀ ਚਾਹੀਦੀ ਆ, 6x4 ਚਾਹੀਦੀ ਆ, ਕਿਸੇ ਨੂੰ ਕੁਝ ਚਾਹੀਦਾ ਵੱਡੀ ਚਾਹੀਦੀ ਆ। ਉਸ ਤੋਂ ਬਾਅਦ 2x2 ਦਾ ਸਾਈਜ਼ ਆ ਗਿਆ ਜੀ, 2x2 ਹੋ ਗਿਆ ਜੀ। ਦੇਖੋ ਜੀ ਇਹਦਾ 2x2 ਦੇ ਵਿੱਚ ਵੀ ਸੇਮ ਕੁਆਲਿਟੀ, ਰੇਟ ਦਾ ਫਰਕ ਤਾਂ ਨਹੀਂ ਪਊਗਾ? ਰੇਟ ਇਹਦਾ ਸਿਰਫ ਸਿਰਫ 2.5 ਰੁਪਏ ਫੁੱਟ ਜੀ। ਅੱਛਾ ਇਹ ਉਦੋਂ ਵੀ ਘਟ ਜੂਗੀ? ਉਦੋਂ ਵੀ ਘਟ ਗਈ ਰੇਟ, ਸੇਮ ਕੁਆਲਿਟੀ ਦੇ ਵਿੱਚ, ਸੇਮ ਕੁਆਲਿਟੀ ਦੇ ਵਿੱਚ ਜੀ। 2x2 ਮਟੀਰੀਅਲ ਇਹ ਹੈ, 2x2 2.5 ਰੁਪਏ ਫੁੱਟ ਜੀ। ਉਹ 33 ਰੁਪਏ ਫੁੱਟ ਹੈ 2x4 ਆਪਣੀ, ਇਹ 2.5 ਰੁਪਏ ਫੁੱਟ ਹੈ। ਮਤਲਬ ਤੀਜਾ ਹਿੱਸਾ ਘਟ ਜੂਗੀ? ਤੀਜਾ ਹਿੱਸਾ ਘਟ ਗਿਆ ਜੀ। ਵਰਾਇਟੀ ਇਹਦੇ ਵਿੱਚ ਵੀ ਬਹੁਤ ਅਨਲਿਮਿਟਿਡ ਕਲਰ ਨੇ ਦੇਖੋ ਜੀ। ਮਤਲਬ ਜਿੱਥੇ ਮੇਰੀ 33,000 ਦੀ ਲੱਗਣੀ ਉੱਥੇ 22,000 ਦੀ ਲੱਗੂਗੀ। ਆ ਦੇਖੋ ਤਾਂ ਇਹਦੇ ਵਰਾਇਟੀ ਇਹਦੇ ਵਿੱਚ ਵੀ ਵੱਧ, ਵਰਾਇਟੀ ਇਹਦੇ ਜੀ ਅਨਲਿਮਿਟਿਡ ਹੈ ਜੀ। ਠੀਕ ਹੈ ਜੀ, ਤੇ ਇਸ ਤੋਂ ਵੱਡੇ ਆਣ ਲਈ ਪਾਸੇ ਜਾਈਏ? ਉਸ ਤੋਂ ਵੱਡੇ ਦੇ ਆਪਣੇ ਕੋਲ ਆ ਗਿਆ ਜੀ 3264 ਦਾ ਆ ਗਿਆ ਜੀ। 3264 ਆ ਗਿਆ? ਹਾਂਜੀ 3264 ਆ ਗਿਆ। ਤੇ ਆਹ ਸਾਰੀ ਇੱਕ ਹੀ ਟਾਇਲ ਲੱਗਦੀ ਆ ਮੈਨੂੰ, ਇਹ ਪਾਰਕਿੰਗ ਟਾਇਲ ਆ ਗਈ ਜੀ, ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਇਹਦੀ। ਇਹ ਤਾਂ ਫੁੱਟ ਬਾਈ ਫੁੱਟ ਦੀ ਆ, ਇਹ ਆ ਗਈ ਜੀ 16x16 ਦੀ, 12mm ਮੋਟੀ ਟਾਇਲ ਆ ਗਈ। ਅੱਛਾ ਆਪਣੇ ਕੋਲੇ ਸੁਣ ਮੈਂ ਇੱਕ ਵਾਰ ਨਿਗਾਹ ਮਰਵਾਉਣਾ। ਦੇਖੋ ਜੀ ਕਲਰ, ਮਤਲਬ ਆਪਣੇ ਕੋਲੇ ਸ਼ੋਰੂਮ ਦੇ ਵਿੱਚ ਵਰਾਇਟੀ ਨਹੀਂ, ਆਮ ਸ਼ੋਰੂਮ ਦੇ ਵਿੱਚ ਕੀ ਹੈ ਆਪਾਂ ਨੂੰ ਵਰਾਇਟੀ ਮਿਲ ਜੂ ਪਰ ਰੇਟ ਬਹੁਤ ਜ਼ਿਆਦਾ ਮਿਲਦਾ ਜੀ। ਆਪਣੇ ਕੋਲ ਵਰਾਇਟੀ ਵੀ ਅਨਲਿਮਿਟਿਡ ਹੈ ਅਤੇ ਰੇਟ ਆਪਣਾ ਇੱਕ ਦਾਇਰੇ ਦੇ ਵਿੱਚ ਹੀ ਹੈ ਵੀ 33 ਰੁਪਏ ਫੁੱਟ 2x4, 29 ਰੁਪਏ ਫੁੱਟ ਇਹ ਆਪਣੀ ਪਾਰਕਿੰਗ ਟਾਇਲ ਜੀ। ਅੱਛਾ ਇਹ 29 ਰੁਪਏ, ਇਹ 29 ਰੁਪਏ ਫੁੱਟ 12mm ਦੀ ਟਾਇਲ, ਮਤਲਬ ਆਈ ਨਹੀਂ ਕਿ ਆਪਾਂ 11 ਜਾਂ 10 ਦੇਣੀ ਹੈ। 16x16 ਦੇ ਵਿੱਚ ਦੂਜੀ ਟਾਇਲ ਆਉਂਦੀ ਹੋਊਗੀ ਕਮਰੇ 'ਚ ਲੱਗਣ ਵਾਲੀ, ਕਿ ਸਭ ਤੋਂ ਛੋਟੀ 2x2 ਦੀ ਲੱਗਦੀ, ਅੱਜ ਕੱਲ੍ਹ ਤਾਂ ਛੋਟੀ ਲਗਾਉਣੋਂ ਹਟ ਗਏ ਜੀ, ਫਿਰ ਜ਼ਿਆਦਾ ਮਿਹਨਤ ਵਾਲੀ ਆ ਜਾਂਦੀ। ਹਾਂ ਰੇਟ ਵੀ ਕੋਈ ਵਾਲਾ ਫਰਕ ਨਹੀਂ ਪੈਂਦਾ ਹੁਣ 2x2 ਦੀ 2.5 ਰੁਪਏ ਫੁੱਟ ਹੈ ਦੇਖੋ। ਹਾਂ ਇਦੋਂ ਘੱਟ ਤਾਂ ਫਿਰ ਹੋਊਗਾ, ਇੱਟਾਂ ਦੇ ਰੇਟ 'ਚ ਪੈ ਗਈ ਜੀ। ਹਾਂ ਦੇਵਾਂਗੇ ਇਹ ਇੱਕ ਕਸਟਮਰ ਨੂੰ ਦਿਖਾਉਣ ਲਈ ਹੈ ਵੀ ਤੁਸੀਂ ਨਹੀਂ ਫਸਣਾ ਇਸ ਝੰਜਰ ਦੇ ਵਿੱਚ ਵੀ ਜੇ ਕੋਈ ਤੁਹਾਨੂੰ 27-28-30 ਰੁਪਏ ਦੇ ਰਿਹਾ ਪ੍ਰੀਮੀਅਮ ਦਾ ਕਹਿ ਕੇ, ਪਰ ਆਪਣੇ ਕੋਲ ਉਹ ਕੰਮ ਨਹੀਂ ਗਾ, ਸਟੈਂਡਰਡ ਦਾ ਕਹਿ ਕੇ ਦੇਵਾਂਗੇ ਵੀ ਆਹ ਸਾਰੀ ਵਰਾਇਟੀ ਦੇਖੋ ਕਿੰਨੇ ਕਲਰ ਨੇ ਇਹਦੇ ਵਿੱਚ। ਹਾਂ ਵੀ ਕੱਲ ਨੂੰ ਆਏ ਨਾ ਕਹੋ ਵੀ ਰੜਕਦੀ ਪੈਂਦੀ ਆ ਵੀ ਮਾੜਾ ਜਿਹਾ ਰੜਕਦਾ ਇਹ ਗੱਲ ਨਾ ਕਹੋ, ਸਾਨੂੰ ਲਾਂਭਾ ਨਾ ਦਿਓ ਹਨਾ, ਵਰਾਇਟੀ ਇਹਦੇ ਵਿੱਚ ਵੀ ਬਹੁਤ ਹੈ। ਹਾਂ ਨਹੀਂ ਸਟੈਂਡਰਡ ਵੀ ਦੋ ਤਰ੍ਹਾਂ ਦਾ, ਇੱਕ ਤਾਂ ਕਈ ਕੰਪਨੀਆਂ ਸਟੈਂਡਰਡ ਬਣਾਉਣ ਹੀ ਲੱਗ ਗਈਆਂ ਅਸਲ ਦੇ ਵਿੱਚ ਮਾੜਾ ਬਣਾਉਂਦੇ, ਇੱਕ ਹੁੰਦੀ ਆ ਕਿ ਟਾਈਲ 'ਚ ਅਪਸੈਟ ਹੋਈ ਹੁੰਦੀ ਆ, ਹੁੰਦੇ ਜੀ ਉਹਨੂੰ ਸਟੈਂਡਰਡ ਵਿੱਚ ਕੱਢਦੇ ਆ ਮਤਲਬ ਵੈਸੇ, ਉਹ ਅਸਲ ਦੇ ਵਿੱਚ ਟਾਈਲ ਦੇ ਵਿੱਚ ਕੁਆਲਿਟੀ ਦੋਨਾਂ 'ਚ ਸੇਮ ਆ, ਜਸਟ ਬਣ ਦੇ ਵਿੱਚ ਥੋੜ੍ਹੀ ਜੀ ਉੱਚੀ ਨਹੀਂ, ਕੋਈ ਕਮੀ ਰਹੀ ਹੋਈ ਹੈ ਮਤਲਬ। ਹਾਂ ਬਣ 'ਚ ਕਮੀ ਰਹੀ ਹੈ, ਕਿ ਤੁਸੀਂ ਪ੍ਰੀਮੀਅਮ ਬਣਾਉਂਦੀ ਪਰ ਫਿਰ ਵੀ ਵਿੱਚ ਕੋਈ ਨਾ ਕੋਈ ਫਾਲਟ ਪੈ ਗਿਆ ਤਾਂ ਉਹਨੂੰ ਸਟੈਂਡਰਡ ਦੇ ਵਿੱਚ ਕੱਢਦਾ। ਹਾਂ ਵੀ ਉਹ ਕੋਈ ਹੋਲ ਆ ਗਿਆ ਹਲ,
ਮੇਰਾ ਮਤਲਬ ਇਉਂ ਸੀਗਾ ਵੀ ਯਾਰ ਥੋੜਾ ਜਿਹਾ ਦਿਖਾ ਦਈਏ, ਕਈ ਵਾਰੀ ਬੰਦੇ ਨੇ ਉਹ ਚੀਜ਼ ਲੈਣੀ ਹੁੰਦੀ ਆ ਤਾਂ ਉਹਨੂੰ ਉਹ ਦਿਖਾਉਣ ਦਾ ਮਤਲਬ ਐਵਾਂ ਵੀ ਅਗਲਾ ਕਹਿੰਦਾ ਯਾਰ ਫਲਾਣਾ ਤਾਂ ਮੈਨੂੰ ਦੇਈ ਜਾਂਦਾ, ਅਸੀਂ ਉਹਨੂੰ ਭਰਾਵਾਂ ਵਾਂਗੂ ਸਹੀ ਡੀਲ ਕਰਦੇ ਹਾਂ, ਉਹਨੂੰ ਸਹੀ ਰਾਇ ਦਿੰਦੇ ਆ ਵੀ ਤੁਸੀਂ ਕਿਹੜੀ ਚੀਜ਼ ਤੁਹਾਨੂੰ ਲਾਉਣੀ ਚਾਹੀਦੀ ਹੈ। ਹਾਂ ਬਿਲਕੁਲ ਬਿਲਕੁਲ, ਇਹ ਗੱਲ ਵੀ ਆਪਣੇ ਆਪਾਂ 4 ਰੁਪਏ ਕਮਾਉਣ ਦੇ ਲਈ ਆਪਾਂ ਉਹਨੂੰ ਸਟੈਂਡਰਡ ਦੇ ਦਈਏ ਜਾਂ ਕੋਈ ਲੋਟ ਦਾ ਮਾਲ ਦੇ। ਹਾਂ ਇੱਕ ਗੱਲ ਤੁਹਾਨੂੰ ਇਹ ਦੱਸ ਦਿੰਦਾ ਵੀ ਸਟੈਂਡਰਡ ਚੋਂ ਭੁਰਕ ਦੁਕਾਨਦਾਰ ਨੂੰ ਪੈਸੇ ਵੱਧ ਬਣਦੇ ਆ, ਇਹ ਜੋ ਜੇ ਅਸੀਂ 2 ਰੁਪਏ ਫੁੱਟ ਦੀ ਕਮਾਈ ਹੈ ਤਾਂ ਉਹ ਚੋਂ 5 ਰੁਪਏ ਫੁੱਟ ਕਿਤੇ ਨਹੀਂ ਗਿਆ ਸਟੈਂਡਰਡ ਦੇ ਵਿੱਚੋਂ, ਤਾਂ ਹੀ ਹਰ ਬੰਦਾ ਸਟੈਂਡਰਡ ਰੱਖ ਕੇ ਜਾ ਰਹੀ ਹੈ ਜਾਂ ਵੇਚ ਕੇ ਰਾਜੀ ਹੈ ਵੀ ਮੈਂ ਦੁੱਗਣੀ ਕਮਾਈ ਮੈਨੂੰ ਹੋਊਗੀ। ਤੇ ਮਾੜਾ ਪੱਥਰ ਵੀ ਦਿਖਾ, ਪੱਥਰ ਵੀ ਦਿਖਾ ਦੇਣੇ ਆ। ਹਾਂ ਆ ਜਾਓ, ਪੱਥਰ ਵੀ ਦਿਖਾ ਦਈਏ, ਪੱਥਰ ਵੀ ਦਿਖਾ ਦਈਏ। ਤੇ ਪੱਥਰ ਆਪਣੇ ਕੋਲੇ ਵੀਰੇ ਤਕਰੀਬਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀਗੀ, ਹਾਂਜੀ, ਕਿ ਜਿਹੜਾ ਪੱਥਰ ਆ ਲਾਉਣ ਵਾਸਤੇ ਪਿਆ ਹੈ ਉਹ ਮਕਰਾਣਾ ਦਾ ਵੀ ਪਿਆ, ਆਪਣੇ ਕੋਲੇ ਸਾਊਥ ਦਾ ਵੀ ਹੈ, ਰਾਜਸਥਾਨ ਦਾ ਵੀ ਹੈ ਤੇ ਸਾਊਥ ਦਾ ਵੀ ਹੈ। ਤੇ ਵੈਰਾਈਟੀ ਤੁਸੀਂ ਦੇਖੋ ਪਹਿਲਾਂ ਨਾਲੋਂ ਵੀ ਆਪਾਂ ਡਬਲ ਕਰਤੀ ਮਤਲਬ ਇਹਦੇ ਵਿੱਚ, ਹਾਂਜੀ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਮਾਲ ਵਧਿਆ ਪਿਆ ਆਪਣੇ ਕੋਲ, ਹਰ ਇੱਕ ਕਲਰ ਜੋ ਵੀ ਕਸਟਮਰ ਡਿਮਾਂਡ ਕਰੂਗਾ ਸਾਰੇ ਆਪਣੇ ਕੋਲ ਇੱਥੇ ਹਾਜ਼ਰ ਹੋਣਗੇ ਵੀ ਫਰੈਸ਼ ਦੇ ਵਿੱਚ ਮਤਲਬ। ਤੇ ਮੈਨ ਮੇਡ ਪੱਥਰ ਵੀ ਹੈਗਾ ਆਪਣੇ ਕੋਲੇ, ਮੈਨ ਮੇਡ ਵੀ ਆ ਗਏ ਜੀ ਸਾਰੇ ਕਲਰ। ਹਾਂ ਵੀ ਜਿਹੜੇ ਜੇ ਤੁਹਾਨੂੰ ਸੇਮ ਕੁਆਲਿਟੀ ਦੇ ਵਿੱਚ ਤੁਹਾਨੂੰ ਮੈਨ ਮੇਡ ਚਾਹੀਦਾ ਵੀ ਬੰਦੇ ਦਾ ਬਣਿਆ ਹੋਇਆ ਚਾਹੀਦਾ ਤਾਂ ਉਹ ਵੀ ਮਿਲ ਜਾਊਗਾ। ਦੇਖੋ ਜਿਵੇਂ ਅੱਜ ਕੱਲ ਨੈਨੋ ਵਾਈਟ ਲਾਉਂਦੇ ਨੇ, ਇਹ ਸਲੈਬਸ ਹੀ ਆ ਗਈਆਂ ਸਾਰੀਆਂ ਜੀ, 120 ਤੋਂ ਲੈ ਕੇ 140 ਰੁਪਏ ਦੇ ਵਿੱਚ ਵਿੱਚ ਸਾਰੀ ਵੈਰਾਈਟੀ ਇਹ 'ਚ ਆਪਣੇ ਕੋਲ ਅਵੇਲੇਬਲ ਮਿਲੂਗੀ। ਹਾਂ ਤੇ ਮੈਨ ਮੇਡ ਵੀ ਹੈਗਾ ਤੇ ਕੁਦਰਤੀ ਪੱਥਰ ਵੀ ਹੈ, ਕੁਦਰਤੀ ਵੀ ਹੈ, ਇਹ ਸਾਰਾ ਕੁਦਰਤੀ ਹੈ। ਰਾਜਸਥਾਨ ਦਾ ਆ ਗਿਆ ਜੀ, ਜਿਹੜਾ ਉਸ ਸਾਈਡ ਦੇਖੋ ਸਾਰਾ ਮਾਲ ਮਟੀਰੀਅਲ ਪਿਆ ਉਹ ਸਾਰਾ ਸਾਊਥ ਦਾ ਆ ਗਿਆ, ਉਹ ਸਾਊਥ ਦਾ ਪਿਆ, ਹਰ ਇੱਕ ਕਲਰ ਆਪਣੇ ਕੋਲ ਇੱਥੇ ਹਾਜ਼ਰ ਹੈ ਸਾਊਥ ਦੇ ਵਿੱਚ ਵੀ ਤੇ ਰਾਜਸਥਾਨ ਦੇ ਵਿੱਚ। ਤੇ ਨੰਬਰ 2 ਤੇ ਤੁਸੀਂ ਮਤਲਬ ਜਿਹੜੇ ਮਾਸਟਰ ਜੀ ਹੋਣਾ ਨਾਲ ਮੇਰਾ ਪਿਆਰ ਵੀ ਆ ਤੇ ਮੈਨੂੰ ਵਿਸ਼ਵਾਸ ਵੀ ਆ ਮਾਸਟਰ ਜੀ ਹੋਣਾ ਤੇ, ਇਹਨਾਂ ਇਹ ਖਾਨਦਾਨੀ ਭਰੋਸੇ ਵਾਲੇ ਲੋਕ ਆ, ਜਿਹੜੇ ਖਾਨਦਾਨੀ ਬੰਦੇ ਆਪਾਂ ਕਹਿ ਸਕਦੇ ਹੁੰਦੇ ਹਾਂ, ਤਾਂ ਇਹਨਾਂ ਦੇ ਬਾਪੂ ਜੀ ਸੀ ਅਸਲ 'ਚ ਮਾਸਟਰ ਜੀ, ਇਹਨਾਂ ਨੂੰ ਤਾਂ ਪਿਆਰ ਨਾਲ ਮਾਸਟਰ ਜੀ ਕਹਿ ਦਈਦਾ, ਆਨੰਦ ਆਉਂਦਾ ਮਾਸਟਰ ਜੀ ਕਹਿਣ ਦੇ ਵਿੱਚ। ਅਤੇ ਇਹ ਮਤਲਬ ਬਹੁਤ ਘੈਂਟ ਬੰਦੇ ਆ ਯਾਰ, ਜਿਹੜੀ ਗੱਲ ਕਹਿ ਦੇਣ ਉਸ ਗੱਲ 'ਤੇ ਖੜ੍ਹਨ ਵਾਲੇ ਬੰਦੇ, ਇਹਨਾਂ ਦਾ ਲਾਂਭਾ ਨਹੀਂ ਆਉਂਦਾ ਕਦੇ ਵੀ, ਇਹਨਾਂ ਦਾ ਕੰਮ ਕਰਨ ਦੇ ਵਿੱਚ, ਇਹਨਾਂ ਦੀ ਐਡਵਰਟਾਈਜ਼ਮੈਂਟ ਕਰਨ 'ਚ ਸਵਾਦ ਆਉਂਦਾ ਹੁੰਦਾ। 40 ਸਾਲਾਂ ਦਾ ਦੇਖੋ ਜੀ ਵਿਸ਼ਵਾਸ ਹੈ ਮਾਸਟਰ ਜੀ ਨਾਂ 'ਤੇ ਕਸਟਮਰ ਆ ਰਿਹਾ, ਮਾਸਟਰ ਜੀ ਤੋਂ ਚੀਜ਼ ਲੈ ਕੇ ਆਉਣੀ ਹੈ। ਯਾਰ ਜਿਹੜਾ ਐਡਾ ਵੱਡਾ ਤੁਸੀਂ ਸ਼ੋਰੂਮ ਬਣਿਆ ਦੇਖ ਰਿਹਾ ਨਾ, ਹਾਂਜੀ, ਇਹ ਅਸਲ ਦੇ ਵਿੱਚ ਇੱਕ ਸਲਤਨਤ ਆ ਜਿਹੜੀ ਮਾਸਟਰ ਜੀ ਦੀ ਇੱਜ਼ਤ ਆ, ਇੱਜ਼ਤ ਬਣਾਈ ਹੋਈ ਹੈ ਜੀ, ਉਸੇ 'ਤੇ ਉਸੇ ਭਰੋਸੇ ਦੇ ਗਾਹਕ ਅੱਜ ਵੀ ਆ ਰਿਹਾ ਵੀ ਮਾਸਟਰ ਜੀ ਤੋਂ ਚੀਜ਼ ਲੈ ਕੇ ਆਉਣੀ ਹੈ। ਹਾਂ ਤੇ ਇਹ ਬੰਦੇ ਸਾਡੀ ਆਦਤ ਹੈ ਮਾਸਟਰ ਜੀ ਜਿਵੇਂ ਸਾਨੂੰ ਸਿਖਾਇਆ ਹੋਇਆ ਸੀ ਵੀ ਆਪਦਾ ਰੁਪਏ 2 ਰੁਪਏ ਦਾ ਲਾਲਚ ਨਹੀਂ ਕਰਨਾ, ਕਸਟਮਰ ਨੂੰ ਚੀਜ਼ ਸਹੀ ਦੇਣੀ ਹੈ। ਹਾਂ ਤੁਹਾਡੇ ਕੋਲ ਵੀ 100 ਕਿਲੋਮੀਟਰ ਆਉਂਦਾ, ਕੋਈ 200 ਤੋਂ ਆਉਂਦਾ, ਕੋਈ 400 ਤੋਂ ਆਉਂਦਾ, ਕਿਸੇ ਭਰੋਸੇ 'ਤੇ ਚੱਲ ਕੇ ਆਇਆ ਉਹ। ਬਿਲਕੁਲ, ਦੇਖੋ ਜਿਹੜੇ ਲੋਕ ਸਿਆਣੇ ਹੁੰਦੇ ਆ ਉਹ ਪਤਾ ਕੀ ਕਰਦੇ ਆ, ਉਹ ਵਸੀਅਤ ਦੇ ਵਿੱਚ ਆਪਣੇ ਬੱਚਿਆਂ ਨੂੰ ਇਕੱਲੀ ਜਾਇਦਾਦ ਨਹੀਂ ਗਾਹਕ ਵੀ ਦੇ ਕੇ ਜਾਂਦੇ, ਦੇ ਕੇ ਜਾਂਦੇ ਆ ਜੀ। ਤੇ ਮਾਸਟਰ ਜੀ ਆਪਣੀ ਵਸੀਅਤ ਦੇ ਵਿੱਚ ਗਾਹਕ ਦੇ ਕੇ ਗਏ ਆ, ਗਾਹਕ ਦੇ ਕੇ ਗਏ ਆ ਤੇ ਗਾਹਕ ਤੁਸੀਂ ਵੀ ਅੱਗੇ ਦੇਣੇ ਜਾਓਗੇ, ਹੈਨਾ, ਆਪਦੀ ਮਾਰਕੀਟ ਬਣਾਉਣਾ ਆਪਦੇ ਸਾਰੇ ਹੀ ਖਰਾਬ, ਚਾਹੇ ਬੰਦੇ ਇੱਕ ਦਿਨ ਦੇ ਵਿੱਚ ਕਰ ਲਏ, ਇੱਕ ਦਿਨ ਦੇ ਵਿੱਚ ਕਰ ਲਓ ਬਲਕਿ। ਤੇ ਤੁਸੀਂ ਸੱਜਣੋ ਭਰੋਸਾ ਕਰ ਸਕਦੇ ਆ ਮਾਸਟਰ ਮਾਰਬਲ 'ਤੇ, ਆਪਣਾ ਮਕਾਨ ਬਣਾਉਣ ਲਈ ਸਭ ਤੋਂ ਵੱਡੀ ਗੱਲ ਭਰੋਸੇ ਦੀ ਹੁੰਦੀ ਆ, ਅਤੇ ਭਰੋਸਾ ਕਰ ਸਕਦੇ ਆ ਤੁਸੀਂ। ਤੁਹਾਨੂੰ ਠੇਕੇਦਾਰ ਮਿਲ ਚੁੱਕਿਆ ਤਾਂ ਮਸਲਾ ਨਹੀਂ, ਤੁਸੀਂ ਪੱਥਰ ਲੈ ਜਾਓ, ਤੁਹਾਨੂੰ ਤੁਸੀਂ ਪੱਥਰ ਲਾ ਚੁੱਕੇ ਹਾਂ ਤਾਂ ਮਸਲਾ ਨਹੀਂ, ਟੂਟੀਆਂ ਲੈ ਜਾਓ, ਤੁਹਾਨੂੰ ਟੂਟੀਆਂ ਲੱਗ ਚੁੱਕੀਆਂ
ਪਰ ਕੋਈ ਬੰਦਾ ਆ ਰਿਹਾ ਤੁਹਾਡੇ ਕੋਲ ਕਹਿੰਦਾ ਯਾਰ ਮੈਂ ਵੀ ਮਕਾਨ ਪਾਉਣਾ, ਤਾਂ ਫਿਰ ਤੁਸੀਂ ਨੰਬਰ ਦੇ ਦਿਓ ਕਿ ਭਾਈ ਆਹ ਹੈਗੇ ਆ, ਸਾਰਾ ਕੁਛ ਹੀ ਕਰ ਦੇਣਗੇ, ਮੁੱਢ ਤੋਂ ਲੈ ਕੇ ਇਕੱਲਾ ਪਲਾਟ ਖਰੀਦੋ, ਬਾਕੀ ਦੀ ਟੈਨਸ਼ਨ ਮਾਸਟਰ ਜੀ ਹੋਣਾ ਦੀ ਆ। ਉਹ ਵੀ ਹੋਲਸੇਲ ਦੇ ਰੇਟ ਦੇ ਵਿੱਚ, ਮਤਲਬ ਕੋਈ ਐਂ ਨਹੀਂ ਵੀ ਆਪਾਂ ਸ਼ੋਰੂਮ ਦੇ ਵਿੱਚ ਆ ਗਏ ਤਾਂ ਆਪਣੇ ਡੂਢੇ ਪੈਸੇ ਲੱਗਣਗੇ ਜੀ, ਤੁਹਾਨੂੰ ਆਮ ਨਾਲੋਂ ਵੀ ਕਿਤੇ ਘੱਟ ਪੈਸੇ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦਾ ਮਾਲ ਮਿਲੂਗਾ। ਹਾਂ, ਤੁਸੀਂ ਤੁਸੀਂ ਐਂ ਕਰੋ, ਤੁਸੀਂ ਮਾਰਕੀਟ ਦੇ ਵਿੱਚੋਂ ਸੇਮ ਕੁਆਲਿਟੀ ਦੀ ਚੀਜ਼ ਦਾ ਰੇਟ ਪਤਾ ਕਰਕੇ ਆਓ, ਕਰਕੇ ਆਓ, ਉਸ ਤੋਂ ਬਾਅਦ ਮਾਸਟਰ ਜੀ ਹੁਣਾਂ ਨਾਲ ਆ ਕੇ ਡੀਲ ਕਰ ਲਓ। ਬਸ ਬਸ, ਠੀਕ ਹੈ ਕਿ ਨਹੀਂ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਤੁਹਾਡਾ ਤੇਲ ਖਰਚਾ, ਤੁਹਾਡੀ ਸਾਰੀ ਗੱਲਬਾਤ ਆ ਜਿਹੜੀ ਉਹ ਨਿਕਲਦੀ ਆ ਕਿ ਨਹੀਂ ਨਿਕਲਦੀ। ਲੋਪੋ ਵਾਲੇ ਨੇ ਕੋਈ ਗੱਲ ਆਖੀ ਹੈ ਤਾਂ ਕਿਸੇ ਵਿਸ਼ਵਾਸ ਦੇ ਸਿਰ 'ਤੇ ਆਖੀ ਹੋਊਗੀ, ਬੰਦੇ ਭਰੋਸੇ ਵਾਲੇ ਆ, ਵਰਤ ਸਕਦੇ ਆ ਤੁਸੀਂ, ਜਿਉਂਦੇ ਰਹੋ।